ਅਫਰੀਕਾ ਨੇ ਕੱਢ ਕੇ ਮੈਦਾ ਅਤੇ ਸੂਟ ਪੀ ਕੇ ਇਹਨਾਂ ਨੂੰ ਹਜ਼ਾਰਾਂ ਕੁਇੰਟਲ ਦਿੱਤਾ ਜਦੋਂ ਦਾਣਿਆਂ ਦੀ ਛਾਟ ਸੀ। ਅੱਛਾ ਜੀ, ਜੇ ਕਹਾਣੀ ਪੁੱਛਦਾ, ਮੇਰੇ ਬਚਪਨ 'ਚ ਸਾਰੇ ਜੱਟਾਂ ਦੇ ਸਾਰੇ ਸਾਲ ਦੀ ਕਣਕ ਹੁੰਦੀ ਨਹੀਂ ਸੀ। ਠੀਕ ਹੈ, 6 ਮਹੀਨੇ ਉਹਨਾਂ ਨੂੰ ਖਿਚੜੀ ਨਾ ਜਾਂ ਬਾਜਰੇ ਨਾ ਖਾਣਾ ਸਾਰਨਾ ਪੈਂਦਾ ਵੀ ਬੀਜ ਉਗਰੀ ਕਣਕ ਰਹਿ ਜੇ। ਹਾਂਜੀ, ਦਾਣੇ ਦਾ ਇੰਨਾ ਪਿਆਰ ਸੀ ਵੀ ਇੱਕ ਇੱਕ ਟਾਟ ਇੱਕ ਇੱਕ ਸਿੱਟਾ ਮੰਡਲੀ ਤੋਂ ਚੁੱਕਦਾ ਸੀ। ਠੀਕ ਹੈ, ਹਰ ਜੱਟ ਜਿਹੜੇ ਬਾਹਰ ਡੱਕੇ ਖੇਡੇ ਜਾਂਦੇ ਉਹ ਵੀ ਇਕੱਲਾ ਇਕੱਲਾ ਚੁੱਕ ਕੇ ਇਕੱਠਾ ਕਰਕੇ ਦੂੜੇ ਪਾ ਕੇ ਗੱਡੇ ਲਿਆਉਂਦਾ ਸੀ। ਹਾਂਜੀ, ਹੁਣ ਜ਼ਮਾਨਾ ਇਹ ਆ ਗਿਆ ਵੀ 5 ਕਿਲੋ ਇੱਥੇ ਦਾਣੇ ਛੜਕ 'ਤੇ ਰੱਖ ਦੀ, ਅਤੇ ਜੇ ਮੈਂ ਕਿਸੇ ਜਵਾਕ ਨੂੰ ਜਾਂ ਘਰਦੇ ਨੂੰ ਜਾਂ ਕਿਸੇ ਨੂੰ ਆਖੋ ਮੇਰੇ ਗੱਲ ਪਊਗਾ ਤੂੰ ਚੱਕ ਲਿਆ। ਸਹੀ ਗੱਲ ਹੈ ਜੀ। ਹੁਣ ਕੱਲ੍ਹ ਦੀ ਗੱਲ ਹੀ ਤੈਨੂੰ ਮੈਂ ਦੱਸ ਦਿੰਦਾ ਇੱਕ ਨਿੱਕੀ ਜਿਹੀ ਨੇੜੇ। ਹਾਂਜੀ, ਵੀ ਕੋਈ ਬਰੀਕ ਕਣਕ ਉੱਥੇ 8-10 ਕਿਲੋ ਸਿੱਟ ਗਿਆ ਆਪਣੇ ਘਰ 'ਚ ਜਿੱਥੇ ਸੜਕ ਤੋਂ ਪਾਣੀ ਡਲਦਾ ਹੈ। ਮੈਂ ਸੀਰੀ ਨੂੰ ਆਖਿਆ ਜੀ, ਮੈਂ ਕਿਹਾ ਇਹਨਾਂ ਨੂੰ ਆਖਿਆ ਤਾਂ ਗੱਲ ਪੈ ਜਾਣਗੇ ਮੇਰੇ, ਮੈਂ ਜਾ ਝੋਲਾ ਲੈ ਜਾ 5-4 ਕਿਲੋ ਇੱਥੇ ਜਾਨਵਰਾਂ ਨੂੰ ਬਾਹਰ ਪਾ ਦਿਆ ਕਰਾਂਗੇ ਆਪਾਂ। ਹਾਂਜੀ, ਉਹ ਕੁੱਜਾ ਭਰਿਆ ਪਿਆ, ਇੱਕ ਲਿਫਾਫਾ ਭਰਿਆ ਪਿਆ, ਉਹਨੇ ਪਤਾ ਨਹੀਂ ਕਿੱਥੇ ਰੱਖਤੀ, ਕਾਲੇ ਉਹਨੇ ਸੜਕ ਦੇ ਨਾਲ ਦਰੱਖਤਾਂ 'ਚ ਵੀ ਖਿਲਾ ਰਹੀ ਅਤੇ ਇੱਧਰ ਵੀ। ਹਾਂਜੀ, ਉਹਦੇ 'ਤੇ ਚਿੜੀਆਂ ਇੰਨੀਆਂ ਸੀ, ਮੈਂ ਇਹਨਾਂ ਨੂੰ ਬਰਕੀਆਂ ਬਰਕੀਆਂ ਵੀ ਪਾਉਂਦਾ, ਪਾਣੀ ਪਾਉਂਦਾ। ਹਾਂਜੀ, ਇਹ ਜਾਨਵਰ ਵੀ ਬੱਚਿਆਂ ਵਰਗਾ ਹੀ ਆ ਜਦੋਂ ਹਲਾਤ ਹਿੱਲ ਜਾਂਦਾ ਹੈ। ਸਹੀ ਗੱਲ ਹੈ। ਹੁਣ ਦਾਣਾ ਹੋ ਗਿਆ ਆਮ, ਕਿੱਥੇ ਸਾਨੂੰ 5-4 ਮਣ ਦਾ ਹੀ ਆਪਦੇ ਸਮੇਂ ਜੇ ਹੋ ਜਾਣ ਤਾਂ ਬਹੁਤ ਵੱਡੀ ਗੱਲ ਹੈ। ਹਾਂਜੀ ਹਾਂਜੀ, ਕਿੱਥੇ 5,000 ਮਣ ਵੇਚਦੇ ਹਾਂ। ਬਿਲਕੁਲ ਜੀ, ਫਰਕ ਆ ਗਿਆ, ਫਰਕ ਆ ਗਿਆ। ਕਿੱਥੇ ਸਾਈਕਲ ਨਹੀਂ ਜਾਣਦੇ ਸੈਂ। ਹਾਂ, ਤੇਰੇ ਸਾਹਮਣੇ ਅੱਜ 4 ਵੱਡੇ ਵੱਡੇ ਟਰੈਕਟਰ ਲਈ ਖੜੇ ਆ। ਸਹੀ ਗੱਲ ਹੈ, ਕੰਬਾਈਨ ਹੈ, ਹਰ ਕਿਸਮ ਦਾ ਸੰਦ ਹੈ, ਖੀਰ ਜਿਹੜੀਆਂ ਚੀਜ਼ਾਂ ਸੁਪਨੇ ਸੀ ਉਸ ਡਰੋਨ ਵੀ ਲੈ ਕੇ ਸਪਰੇਅ ਕਰਨ ਗਏ ਆ। ਸਹੀ ਗੱਲ ਹੈ ਜੀ। ਤਾਂ ਫਿਰ ਇਹਨਾਂ ਨੇ ਉਸ ਪਾਸੇ ਕਹਿਰੇ ਦਾਣੇ ਨਹੀਂ ਕਦੋਂ ਚੱਕਦੇ ਆ। ਸਹੀ ਗੱਲ ਹੈ, ਨਹੀਂ ਨਾ ਚੱਕਦੇ ਆ। ਹਾਂਜੀ, ਮੈਂ ਵੇਖ ਵੀ ਲਿਆ ਪਰਤੇ ਆ ਕੇ ਇੱਕ ਦੁਆਰਾ, ਉਹ ਨੂੰ ਉਹਨੂੰ ਜਾਣ ਉਹਨੂੰ ਆਖਣਾ ਭਾਈ ਉਹ ਦਾਣੇ ਖਿਲਰੇ ਪਏ ਚੱਕ ਲਓ, ਨਹੀਂ ਕੋਈ ਚੱਕਦਾ। ਬਾਪੂ ਉਦੋਂ ਫਿਰ ਘੱਟ ਕਾਹਤੋਂ ਹੁੰਦੀ ਸੀ ਫਸਲ ਇੰਨੀ, ਕੀ ਕਾਰਨ ਸੀਗਾ? ਸਾਡੀਆਂ 2 ਪੱਤੀਆਂ ਹੀ ਤਾਂ 10% ਪੱਧਰ ਸੀ ਜ਼ਮੀਨ ਪਾਣੀ ਲਾਉਣ ਵਾਲੀ। ਅੱਛਾ ਜੀ, ਅਤੇ 20% ਸੀਗੀ ਪੱਧਰ ਬਰਾਨੀ ਬੀਜਣ ਵਾਲੀ। ਠੀਕ ਹੈ, 20% 'ਚ 5-7 ਮਣ ਕਣਕ ਮਸਾਂ ਜੱਟ ਦੀ ਹੁੰਦੀ ਸੀ, ਜੇ ਕੋਈ ਨਿਆਈ ਨੂੰ ਜੋ 15-20 ਹੋ ਜਾਂਦੀ ਤਾਂ ਬੱਲੇ ਬੱਲੇ ਹੋ ਜਾਂਦੀ ਸੀ। ਠੀਕ ਹੈ ਜੀ, ਉਹ ਵੀ ਕੋਈ ਕਹਿਰੇ ਕਮਾਂ 'ਚੋਂ। ਹਾਂ, ਜਿਹੜੇ ਬਰਾਨੀ ਸੀ ਉਹ 2-4, 5-3 ਤਾਰਾ ਮੀਰਾ ਹੋ ਗਿਆ 2 ਕਿਲੋ ਇਹੋ ਜਿਹਾ ਹੁੰਦਾ ਸੀ, ਦਾਣੇ ਹੁੰਦੇ ਨਹੀਂ। ਦਾਣੇ ਨਹੀਂ ਹੁੰਦੇ, ਵਪਾਰ 90% ਨਹੀਂ 99% ਦਾਣਿਆਂ ਨਾਲ ਚੱਲਦਾ ਸੀ। ਅੱਛਾ ਜੀ, ਇੱਥੇ ਵੀ ਤੈਨੂੰ ਮੈਂ ਥੋੜ੍ਹਾ ਜਿਹਾ ਮੋੜਦਾ ਵੀ ਮੈਂ 2-3 ਵਾਰ ਬੂਰੇ 'ਚ ਕਣਕ ਭੇਜ ਕੇ ਆਇਆ। ਹਾਂਜੀ, ਵਡੇਵੇਂ ਵੀ ਲਿਆਉਣੇ, ਘਰਾਂ ਮਿਰਚਾਂ ਲੈ ਗਿਆ ਅਤੇ 7-8 ਰੁਪਏ ਫਿਰ ਮੇਰਾ ਪਿਓ ਖੁਸ਼ ਹੋ ਗਿਆ ਜਦੋਂ ਉਹਨੂੰ 5-6 ਰੁਪਏ ਵਡੇਵੇਂ ਵਡੂਵੇਂ ਲੱਦ ਕੇ ਲਿਆ ਕੇ ਦੇਤੇ। ਵਾਧਾ 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 ਕਣਕ ਦਾ ਇਹਨਾਂ ਨੇ ਸੂਟ ਖਾਂਦੇ, ਤਾਂ ਹੁਣ ਤੁਹਾਨੂੰ ਪਤਾ ਵੀ ਸਾਰੇ ਛੜਾ ਮਾਰਦੇ ਆ। ਸਹੀ ਹੈ ਜੀ, ਖਾਸ ਕਰਕੇ ਕਿਸਾਨ 'ਤੇ, ਕਿਉਂਕਿ ਉਹਨੇ ਦਾਣੇ ਕਿਉਂ ਪੈਦਾ ਕਰਤੇ। ਹਾਂਜੀ, ਅੱਜ ਜਿਹੜੀਆਂ ਮੈਂ ਗੱਲਾਂ ਸੁਣੀਆਂ ਇਹ ਕਿਸਾਨ ਦਾ ਜਾਮ ਪਬਲਿਕ ਦਾ ਹਾਂਜੀ ਖਾਤਮਾ ਕਰਨ 'ਤੇ ਹੋਈਆਂ ਪਈਆਂ, ਕਿ ਜਿਹੜਾ ਇਹਨਾਂ ਨੇ ਲਾ ਤੀ ਨਾ ਅਗਨੀਵੀਰ ਵੀ ਮੁੰਡਾ ਜਾਊਗਾ ਫੌਜ 'ਚ। ਹਾਂਜੀ, 6 ਮਹੀਨੇ ਟ੍ਰੇਨ ਕਰੂਗਾ ਅਤੇ 3 ਸਾਲ ਕਰੂਗਾ ਨੌਕਰੀ, ਉਹ ਦੋਗੇ 3.5 ਸਾਲ। ਹਾਂ, ਇੰਨੇ ਚਿਰ 'ਚ ਬਦਲਣ ਨਹੀਂ ਸਿੱਖ ਸਕਦਾ ਅਤੇ ਕਾਂ ਦੁਨੀਆਂ ਦੇ ਅੱਜ ਵਾਲੇ ਹਥਿਆਰ ਕਿੱਥੋਂ ਸਿੱਖੂਗਾ? ਕਿੱਥੋਂ ਸਿੱਖੂਗਾ? ਸਹੀ ਗੱਲ ਹੈ ਜੀ, ਸਹੀ ਗੱਲ ਹੈ। ਇਹ ਸਾਡੇ ਵੱਡਿਆਂ ਛੋਟਿਆਂ ਨੂੰ ਸਾਰਿਆਂ ਨੂੰ ਸੁਣ ਲੈਣਾ ਚਾਹੀਦੀ ਹੈ। ਹਾਂਜੀ,
ਜਿਹੜਾ ਹਜੇ ਗਧੇ ਤੇ ਚੜਨ ਜਾਂਦਾ ਅਤੇ ਉਹਨੂੰ ਹਾਥੀ 'ਤੇ ਚੜਾਉਣਾ ਤਾਂ ਪੌੜੀ ਪੂੜੀ ਲਾਉਣ ਦਾ ਕੋਈ ਪ੍ਰਬੰਧ ਬਣਾਉਣਾ ਪੈਣਾ ਹੈ, ਬਣਾਉਣਾ ਪੈਣਾ। ਇੱਕ ਪਾਸੇ ਤਾਂ ਹਾਥੀ 'ਤੇ ਚੜੇ ਫਿਰਦੇ ਆ, ਹਾਂਜੀ, ਇੱਕ ਜੜ ਵੱਢ ਕੇ ਸਾਡੇ ਸਿੱਟ ਨੂੰ ਫਿਰਦੇ ਆ, ਸਿੱਟ ਨੂੰ ਫਿਰਦੇ, ਕੋਈ ਇਹਨਾਂ ਦੇ ਕਾਨੂੰਨ ਤਾਂ ਹੈ ਨਹੀਂ। ਸਹੀ ਹੈ ਜੀ। ਇੱਕ ਇੱਕ MLA ਇੱਕ ਇੱਕ ਲੱਖ ਇੱਕ ਮਹੀਨੇ ਦਾ ਨਹੀਂ, ਕਈ ਕਈ ਲੱਖ ਦਾ ਉਹਨਾਂ ਦੇ ਸੇਵਾ 'ਤੇ, ਆਓ ਭਗਤ 'ਤੇ, ਉਹਨਾਂ ਦੇ ਪੈਟਰੋਲ 'ਤੇ ਅਤੇ ਉਹਨਾਂ ਦੇ ਰਹਿਸ਼ਾਂ 'ਤੇ ਲੱਗਿਆ ਜਾਂਦਾ ਹੈ। ਸਹੀ ਗੱਲ ਆ। ਗੱਦੇ ਵੀ ਸਰਕਾਰੀ, ਖਰਚਾ ਵੀ ਸਰਕਾਰੀ, ਡਾਕਟਰੀ ਵੀ ਸਰਕਾਰੀ, ਦੂਜੇ ਮਰੋ ਭੁੱਖੇ। ਅਤੇ ਇੱਕ ਜਿਹੜਾ 10 ਸਾਲ 5 ਸਾਲ ਜਾਂ ਦੌੜ ਕੇ ਆਊਗਾ ਉਹਨੂੰ ਅੱਗੇ ਪੈਨਸ਼ਨ ਨਹੀਂ ਦੇਣੀ। ਹਾਂਜੀ। ਉਹ ਗੋਲੀ ਵੀ ਇੱਕ 'ਚ ਖਾਣ ਜਾਂਦਾ ਹੈ ਅਤੇ ਕਿਸੇ ਦੇ ਸੂਬੇ 'ਤੇ, ਕਿਸੇ ਦੇ ਮੁਲਕ 'ਚ ਜਾਂਦਾ, ਸਿਵਿਆਂ 'ਚ ਵੀ ਪੈਂਦਾ, ਕਬਰਾਂ 'ਚ ਵੀ ਪੈਂਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਜਿੱਥੇ ਰਾਤ ਨੂੰ ਉਹਨੇ ਜਾ ਕੇ ਰਹਿਣਾ। ਹਾਂਜੀ। ਉਹ ਇਹ ਗੱਲਾਂ ਭੁੱਲ ਕੇ ਅੱਜ ਉਹਨਾਂ ਨੂੰ ਖਤਮ ਕਰਨ ਲੱਗੇ ਹੈ। ਸਹੀ ਗੱਲ ਹੈ ਜੀ। ਉਹ ਇਹਨਾਂ ਨੂੰ ਘਾਟਾ ਦੇਊਗੀ। ਬਿਲਕੁਲ ਬਿਲਕੁਲ ਸਹੀ ਗੱਲ ਆ, ਇਹ ਤਾਂ ਹੈ ਜੀ। ਹੁਣ ਆਪਾਂ ਇੱਕ ਕਰਦੇ ਸੀ ਟਰੈਕਟਰਾਂ ਦੀ ਗੱਲ। ਹਾਂਜੀ। ਉਹ 35-11 ਰਜਿਸਟਰ ਫਿਰ MLA, ਫਿਰ ਕਈ ਬਦਲਾਅ ਛੱਡੀਆਂ ਹੋ ਗਈਆਂ। ਹਾਂ। ਹੁਣ ਤਾਂ ਗਿਣਤੀ ਮੇਰੇ ਹਿਸਾਬ ਨਾਲ ਗਿਣੀਆਂ ਤਾਂ ਕਾਫੀ ਹੈ, 3-4 ਤਾਂ ਬਸ ਉਹਨਾਂ ਲਈ ਕਈ ਬਦਲਤੇ। ਹਾਂਜੀ। ਇੱਕ ਨਿਊ ਹਾਲੈਂਡ ਲਿਆਂਦਾ ਸੀ ਆਪਾਂ 7 ਲੱਖ ਦਾ। ਠੀਕ ਹੈ। ਉਹ 11 ਸਾਲਾਂ ਤੋਂ 7 ਲੱਖ ਦਾ ਕੰਪਨੀ ਦੇ ਕੇ ਨਵਾਂ ਸੋਨਾ ਲਿਆਂਦਾ, 3-4 ਤਾਂ ਸੋਨਾ ਲਈ ਕਈ ਆਪਾਂ ਵਾਪਸ ਬਦਲਾਅ ਛੱਡੀ ਕਰ ਚੁੱਕੇ ਹਾਂ। ਹਾਂਜੀ। ਉਹਨੇ ਕਾਸ਼ਾ ਨਵਾਂ 3-90 ਵਾਲਾ, 60 ਵਾਲਾ, 75 ਵਾਲਾ। ਹਾਂਜੀ। 3 ਆਪਣੇ ਕੋਲ ਸੋਨਾ ਲਿਖਾ ਹੀ ਹੈ। ਹਾਂਜੀ। ਅਤੇ ਕਿੱਥੇ ਤੈਨੂੰ ਮੈਂ ਪੰਜਾਬੀ 'ਚ ਹੋਰ ਦੱਸਦਾ, ਜਦੋਂ ਅੱਡ ਹੋ ਗਏ ਤਾਂ ਇੱਥੇ ਖੇਤ ਕਰ ਪਾਇਆ ਮੇਰੇ ਕੋਲ 10-12 ਸਾਲ ਕੋਈ ਹਲ ਪੰਜਾਲੀ ਵੱਡੇ ਛੋਟੇ ਰਹਿ ਗਿਆ, ਕੋਈ ਬੀਂਡੀ ਵੀ ਹੈ ਨਹੀਂ ਸੀ। ਅੱਛਾ ਜੀ। ਉੱਠ ਵਾਲਾ ਡੰਡਾ ਵੀ ਹੈ ਨਹੀਂ ਸੀ, ਰੰਬਾ ਵੀ ਹੈ ਨਹੀਂ ਸੀ। ਅੱਛਾ ਜੀ। ਅਤੇ ਪੱਠੇ ਅਤੇ ਬਾਲਣ ਵੀ ਮੇਰੇ ਕੋਲ ਨਹੀਂ ਮਿਲਿਆ, ਮੈਨੂੰ ਮੇਰੇ ਦੀ ਯਾਰ ਹੀ ਸੀ ਇੱਥੇ, ਉਹਨਾਂ ਨੇ ਦੋਵੇਂ ਲੈ ਰਹੇ ਸੀ। ਠੀਕ ਹੈ। ਹੁਣ ਅੱਜ ਜੋ ਕੁਛ ਉਹਨੇ ਦਿੱਤਾ ਹੈ ਪਾਲੇ ਨੇ। ਹਾਂਜੀ। ਬੰਦੇ ਜਿੱਡੀ ਜਿੱਡੀ 6 ਕਿੱਲੇ ਮੂੰਗੀ ਆ ਖੜੀ ਹੈ, ਮੱਕੀ ਵੱਲਾਂ ਦਾ 6 ਕਿੱਲੇ, ਗੋਡੇ ਗੋਡੇ ਰੁੱਸਾ ਚੜਿਆ ਪਿਆ, ਮੂੰਗੀ ਹੈ, ਝੋਨਾ ਹੈ, ਉਹ ਗੱਲਾਂ ਅੱਜ ਹੋਰ ਦੀਆਂ ਹੋਰ ਬਦਲ ਚੁੱਕੀਆਂ। ਬਦਲ ਜਾਂਦਾ ਉਹ ਜ਼ਮਾਨਾ ਅਤੇ ਉਹ ਯੁੱਗ ਜਿਹੜਾ ਮੈਂ ਵੇਖਿਆ ਦਾਣਿਆਂ ਤੋਂ ਬਿਨਾਂ ਵਾਲਾ, ਇਹਨਾਂ ਨੂੰ ਦੱਸੀਏ ਤਾਂ ਕੋਈ ਸੱਚ ਨਹੀਂ ਮੰਨੂਗਾ। ਬਿਲਕੁਲ। ਤੋਰੀ ਤਾਂ ਬਹੁਤ ਕੁਛ ਦੇਖਿਆ ਬਾਪੂ ਮੇਰੇ।